ਅਸਲਾਮ ਅਲੈਕੁਮ ਵੈਲਕਮ ਸਾਰੇ ਪਨ ਸਾਈਕਲੋਪੀਡੀਆ ਚਾਲਾ ਖੁਸ਼ ਹੈ ਵੇ ਸਹੀ ਆ ਹਾਣੇ ਪਾਣ ਪਰਦਾ ਸੇ ਤੇ ਐਂਗਲ ਜਾਂ ਕਾਇੰਟਸ ਕਿਹੜਾ ਕਿਹੜਾ ਹੁੰਦਾ ਠੀਕ ਆ ਹੀ ਜੇ ਕਹਾਣੀ ਵਤਲਨ ਪੰਜੇ ਕਲਾਸ ਮ ਐਕਸਰਸਾਈਜ਼ 7.1 ਤੇ 1 ਇਨ ਤੇ ਮਨਸਰ ਹੁੰਦੀ ਠੀਕ ਆ ਕਿਤੇ ਪਾਣ ਪ੍ਰੈਕਟਿਸ ਕਰਨਾ ਸੇ ਵਰੀ ਐਕਸਰਸਾਈਜ਼ ਮ ਤਾਂ ਪਾਣ ਬਾ ਆਸਾਨੀ ਉਹ ਕਰੇ ਵਿੰਦੋ ਸਫਾ ਸੋਲਨ ਠੀਕ ਆ ਹੀ ਇਹ ਸਮਝ ਜਿਓਮੈਟਰੀ ਜੀ ਅਲਫਾਬੇਟਸ ਜੇ ਕਦੇ ਐਂਗਲਸ ਪਾਣ ਕੇ ਸਮਝਾਇਲ ਹੁੰਦਾ ਤਾਂ ਖੋੜ ਗਾਲੀਆਂ ਸਮਝੀ ਨਹੀਂ ਇੱਤੇ ਨ ਹਰ ਜਾਏ ਤੇ ਸਮਝੀਂ ਨੋ ਡਾਡਾ ਖਾਸਨ ਟੀਗਾ ਹਣ ਕਰੇ ਕੋ ਵੀ ਮਿਸਨਾਏ ਕਰਨੋ ਅਲੀ ਪੱਕੇ ਵਦਾ ਕੀ ਕੋ ਨੀਂਦੀ ਦਬਾਗੇ ਕੀ ਪਰਦਾਸ ਇਨ ਕਰੇ ਐ ਵੀਡੀਓ ਪੂਰੀ ਦੇਸਤਾ ਕਿਉ ਅੱਜ ਕਾ ਪੋਏ ਕੈਂ ਵੀ ਵੀਡੀਓ ਅਧਰ ਡਿਟੀ ਐ ਕਮੈਂਟ ਕਿਓ ਤੋ ਜਵਾਬ ਮਾਫੀ ਸਾ ਨ ਮਿਲਦੋ ਵੀਡੀਓ ਪੂਰੀ ਦੇਸੋ ਵੀਡੀਓ ਪੂਰੀ ਦੇਸੋ ਵੀਡੀਓ ਪੂਰੀ ਦੇਸਣ ਕਾ ਪੋਏ ਵੀ ਕਾ ਗਾਲ ਕਲੀਅਰ ਨਾ ਥੀ ਕੇ ਕਰ ਥੇ ਤੋ ਜ਼ਰੂਰੀ ਆ ਤਮ ਸਵਾਲ ਪੁੱਛੋ हर सूरत में इनशा मां जवाबु ॾींदोमि बाक़ी हथु वीडियो ॾिसण वारनि खे जवाबु कोनि मिलंदो आहे ठीकु आहे छो जो ॻाल्हि साॻी एक्सप्लेन थियल हूंदी वरी मतिलबु सही न लॻंदो आहे टाइम बि एतिरो न हूंदो आहे त माण्हू जेकी ॻाल्हि ॿुधाए बि वरी हुन खे ॿुधाइणी पए ठीकु आहे में न कजो हिन खां पहिरियों वारी, जेकी वारी जेकी वीडियो हुई हुन में हिक अधु क्वच्चन आयो एरिया आहे छा ऐं असां न ॿुधायो एरिया एरिया कहीं भी ज्योमेट्रिकल शेप में या नॉन ज्योमेट्रिकल शेप जरूरी नहीं ज्योमेट्रिकल शेप हो जे हुन जे विच में हियाने ही उण दी बाउंड्री यानी बाउंड्री ठीक आ ही उण दी बाउंड्री आ त विच में जे कोई भी जाय अचे दी उण जो एरिया है मतलब बाउंड्री दे अंदर अंदर जे कोई भी कुछ भी आ है जतरी भी जायया हो उण जो एरिया है जे कने एक जिग-जैग आ जरूरी नहीं ज्योमेट्रिकल आईए होजे ਹਿੰਨ ਜੀ ਅੰਦਰ ਹਿੰਨ ਜੀ ਅੰਦਰ ਹੀ ਜੇਤਰੋ ਵੀ ਆਏ ਸਜੋ ਕੁਝ ਬਾਉਂਡਰੀ ਦੇ ਅੰਦਰ ਅੰਦਰ ਹਿੰਨ ਜੋ ਏਰੀਆ ਹੈ ਸਹੀਆ ਹੀ ਜੇ ਕਰਨ ਟ੍ਰਾਇੰਗਲ ਆ ਤਾਂ ਹਿੰਨ ਮੇ ਵੀ ਅੰਦਰ ਹੀ ਜਕੀਨ ਦੀ ਬਾਉਂਡਰੀ ਆ ਹਿੰਨ ਦੇ ਅੰਦਰ ਅੰਦਰ ਜੇ ਕੋ ਵੀ ਏਰੀਆ ਅੱਛੇ ਤੋਂ ਇਰਾਜ਼ੀ ਅੱਛੇ ਥੀ ਪਾ ਸੋਲੇ ਸਿੰਧੀ ਮੈਂ ਇਨ ਕੀ ਇਰਾਜ਼ੀ ਚੰਦੋਂ ਤਾਂ ਤਵਾਂ ਜੀ ਬੰਨੀ ਘਣੀ ਆ ਬੇ ਇਕੜਾ ਤਉ ਬੇ ਇਕੜ ਖਾਲੀ ਹੁਨ ਜਾ ਬਨਾ ਥੋੜੀ ਹੁੰਦਾ ਹੁਨ ਜੀ ਅੰਦਰ ਆਇਲ ਹੁਨ ਜੀ ਅੰਦਰ ਆਇਲ ਸਜੀ ਜਾਏ ਉਹਨੇ ਰਾਜ਼ੀ ਮੈਂਦੀ साईं ॿियो पाण चवंदा आहियूं त ग्राउंड जेको आहे ग्राउंड ही घणा सौ फुट स्क्वायर आहे ठीकु आहे त हीअ खाली हुन हीअ लाइन न हूंदी आहे हीअ लाइन त पहिरीं मीटर हूंदी आहे हिन जे अंदरु सॼो एरिया जेको आहे सॼी राज़ी हर हिकु जाइ उहा एरिया में थी अचे सॼो कुझु हिन बॉंड्री जे अंदरि अंदरि जेकी बि राज़ी आहे उहा एरिया में थो अचे उमेदु समुझ अची वियो आहे हाणे को बि कोन्ह थींदो ਸਭਨੇ ਗਭਿਰੋ ਪਾਨ ਪੜਦਾ ਸੀ ਤਾਂ ਐਂਗਲ ਆਹੇ ਛਾ ਠੀਕ ਆ ਸਭਨੇ ਗਭਿਰੋ ਪਾਨ ਛਾ ਪੜਦਾ ਸੀ ਤਾਂ ਐਂਗਲ ਆਹੇ ਛਾ ਐਂਗਲ ਬਰ ਇਸ ਬਰ ਜੇ ਕਿ ਸ਼ਵਾਉਨ ਰੇਸ ਦੇ ਬਾਰੇ ਮੈਂ ਲਾਇਨ ਦੇ ਬਾਰੇ ਮੈਂ ਅਲਰੇਡੀ ਪਾਨ ਪੜੀ ਚੁੱਕਾ ਹਾਂ ਬਰ ਸ਼ਵਾਉਨ ਕੇ ਇੱਕ ਪੁਆਇੰਟ ਤੇ ਪਾਨ ਕੇ ਕਟਣ ਜੇ ਕਦੇ ਉਹ ਕਟਣ ਦਿਉ ਤਾਂ ਉਹਨਾਂ ਦੇ ਵਿੱਚ ਮੈਂ ਜਿੱਥਾਂ ਕਟਣ ਦਿਉ ਉੱਤੇ ਐਂਗਲ ਥੇ ਹਿੰਨ ਪਾਸੇ ਵੀ ਐਂਗਲ ਥੇ ਹੋ ਇਨ ਪਾਸੇ ਵੀ ਐਂਗਲ ਥੇ ਹੋ ਇੱਥੇ ਵੀ ਇੱਥੇ ਵੀ ਮਤਲਬ ਸੋਲੀ ਜਿੰਦੀ ਮੇ ਪਾਣ ਐਂਗਲ ਕੇ ਕੁੰਡ ਚਾਹੁੰਦਾ ਹੂੰ ਸਿੰਦੀ ਮੇ ਕੁੰਡ ਚਾਹੁੰਦਾ ਤ ਕੁੰਢ ਇਤੇ ਵੀ ਠਈ ਇਤੇ ਵੀ ਠਈ ਇਤੇ ਵੀ ਠਈ ਇਤੇ ਵੀ ਠਾਂਦੀ ਗਿਆ ਜਦੇ ਬੋ ਲਾਈਨ ਹੋ ਜੇਂ ਕਿ ਪਾਣ ਬਸ਼ਵਾਉ ਪਾਣ ਮੇ ਬ ਰੇਜ਼ ਪਾਣ ਮੇ ਇੱਕ ਬੇ ਕੇ ਕਟਿੰਦੀ ਹੋ ਨਾ ਤ ਐਂਗਲ ਠਾਂਦੋ ਸਹੀ ਆ ਹਾਨੀ ਵਰੀ ਚਾਹੁੰਦਾ ਤ ਬਾਬਾ ਜੇ ਕਨੇ ਹੀ ਬ ਜੇ ਕਿ ਰੇਜ਼ ਅਨ ਜਾਂ ਲਾਈਨਸ ਪਾਣ ਮੇ ਕਟਣੀ ਨਤਿਉ ਤ ਐਂਗਲ ਛਾਉਂਦੋ ਜਨੇ ਕਾਸ਼ੇ ਹੁਜੇ ਹੀ ਨਾ ਤ ਪਾਣ ਛਾ ਚਾਹੁੰਦਾ ਪਾਣਨ ਕੇ ਜ਼ੀਰੋ ਚੰਦਾਉ ਖੀਸੇ ਮੇਰ ਪਿਓ ਵੀ ਨਉਜੀ ਪਾਕਟ ਮੇ ਪੈਸਾ ਉਜੇ ਨੀ ਨੰਦਾ ਪਾਣ ਸਾਚੰਦਾ ਦੇ ਮੋਟ ਹਜ਼ਾਰ ਰੁਪਇਓ ਇਹ ਚੰਦਾਸੇ ਆਈਮ ਬਰੋਕ ਪੈਸਾ ਕੋਨ ਨਾ ਬਾ ਠੀਕਾ ਜੇ ਜੇ ਐਂਗਲ ਠੇ ਹੀ ਨਾ ਤੋ ਤ ਪਾਣਨ ਜੋ ਹੀ ਬ ਪੈਰਲ ਲਾਈਨਸ ਸਨ ਠੀਕਾ ਜੇ ਕਿ ਉਹ ਲਾਈਨ ਜੇ ਕਿ ਪਾਣ ਕੇ ਕਟਣ ਨਾ ਉਹਨ ਕੇ ਪਾਣ ਪੈਰਲ ਲਾਈਨਸ ਚੰਦਾਉ ਤੋ ਉਹਨਾਂ ਦੇ ਵਿੱਚ ਮੇ ਐਂਗਲ ਜੇ ਕਿ ਹੁੰਦੀ ਉਹ ਐਂਗਲ ਜ਼ੀਰੋ ਜੀ ਹੁੰਦੀ ਠੀਕਾ ਐਂਗਲ ਦੀ ਨਿਸ਼ਾਨੀ ਚਾ ਹੁੰਦੀ ਆ थीटा थीटा सा पाण एंगल के शो कंदाऊं या वरी पाण ईअं कुंड ठाहींदा आहियूं कुंड वांगुरु ऐं ॿियो वरी जेकी एंगल मेयरमेंट छा में थींदी अक्सर जेकी मेयरमेंट डिग्री में थींदी डिग्री जी निशानी छा आहे मथे पाण नंढी ज़ीरो ॾींदा आहियूं छा खे शो करे थी डिग्री खे ओके थी हाणे कहिड़ी कहिड़ी ॻाल्हि क्लिअर थी एंगल आहे छा ऐं पॉइंट आहे जिते कटनि थियूं हिन पॉइंट ऑफ इंटरसेक्शन बि ऐं ॿियो वरी वर्टेक्स बि चइबो आहे वर्टेक्स कहिड़ी हीअ हीअ पॉइंट पाण बि अॻे रिपीट कयो हुयो रिपीट कयूं था पिया हिते हीअ जेकियूं ॿ लाइनूं में मिलण थियूं हिन खे वर्टेक्स बि चवंदाऊं हीअ अॻु ऑलरेडी ॿुधाए लाइ हिकु वीडियो में वर्टेक्स बि चवंदा आहियूं पॉइंट खे बाक़ी हीअ जेकी लाइन हिकु रे आहे हिन खे आर्म चवंदा आहियूं मतिलबु हिकु बह वरी सेकेंड आर्म ओके ਐਵੇਂ ਚਾ ਪੜੋ ਤੇ ਐਂਗਲ ਕੇ ਪਾ ਰਿਪਰੈਜ਼ੈਂਟ ਰਿਪਰੈਜ਼ੈਂਟ ਛਾ ਕਸਾ ਕਰਨਾ ਹੂੰ θਾ ਸਾ ਕਰਨਾ ਹੂੰ ਜਾਂ ਈ ਕੁੰਡ ਤਸਾ ਕਰਨਾ ਹੂੰ ਬਿਓਰੀ ਐਂਗਲ ਮੀਅਰ ਛਾ ਮੇ ਕਰਨਾ ਹੂੰ ਖੂਪਾਂ ਡਿਗਰੀ ਮੇ ਕਰਨਾ ਹੂੰ ਅਕਸਰ ਡਿਗਰੀ ਮੇ ਥਿੰਦੀਆ ਮਥੇ ਲੇਵਲ ਤੇ ਮਨਿ ਰੇਡੀਅਨ ਮੇ ਵੀ ਥਿੰਦੀ ਡਿਗਰੀ ਪਾ ਡਿਗਰੀ ਦੀ ਨਿਸ਼ਾਨੀ ਚਾਏ ਡਿਗਰੀ ਦੀ ਨਿਸ਼ਾਨੀ ਮਥੇ ਪਾਣ ਜ਼ੀਰੋ ਨੰਦੀ ਢੇ ਛੜਦਾ ਓਕੇ ਦਿਓ ਹਾਣੇ ਬਾਣਾ ਚੌਂਦਾ ਤਬਾ ਬਾਬਾ ਰਾਈਟਿੰਗ ਲਾਇ ਛਾ ਰਾਈਟ ਐਂਗਲ ਉਹ ਐਂਗਲ ਲਾ ਤਾਂ ਜੇ ਜੀ ਮੀਰਮੈਂਟ 90 ਹੋ ਜੇ ਮਤਲਬ θ 60 ਜੇ ਬਰਾਬਰ ਹੋ ਜੇ θ 90 ਜੇ ਬਰਾਬਰ ਹੋ ਜੇ 90 ਡਿਗਰੀ ਜੇ ਤਾਂ ਪਾਣਨ ਕਿ 90 ਜੀ ਐਂਗਲ ਚਾਹੰਦਾ ਹਾਂ ਯਾ ਰਾਈਟ ਐਂਗਲ ਚਾਹੰਦਾ ਹਾਂ ਹੀ ਲਾਈਨ ਨੂੰ ਹੀ ਹੋ ਜਣ ਮਤਲਬ ਸਿੱਧੂ ਲਾਈਨ ਹੋ ਜਣ ਜੀ ਹਹੀ ਆ ਐਹੀ ਇੱਕ ਬੇ ਜਾ ਪਰਪੈਂਡੀਕੂਲਰ ਹੋ ਜਣ ਜੀ ਹਹੀ ਆ ਐਹੀ ਹਿੰਨ ਕੇ ਵੀ ਹੀ ਵੀ ਸਾਗੀ ਆ 90 ਜੀ ਐਂਗਲ ਆ ਵਾਰੀ 90 ਜੀ ਜੇ ਕਿ ਐਂਗਲ ਆ ਹੁਣ ਲਾਏ ਪਾਣ ਹੀ ਜੇ ਕਿ ਕੁੰਡ ਜੀ ਨਿਸ਼ਾਨੀ ਪੋਈ ਐ ਦਿਨੋ ਬਾਕੀ ਹਿੱਤੇ ਦਿਸੂ ਐ ਹਿੱਤੇ ਹੀ ਪਾਣੀ ਹੈ ਗੋਲ ਠਾਈਂਦਾ ਹਾਂ ਠੀਕ ਆ ਕਰ ਵੁੰਦੀ ਆ ਬਾਕੀ ਇਨ ਲਾ ਕਰਬ ਨਾ ਹੁੰਦੀ ਆ 90 ਡੀ ਐਂਗਲ ਹੈ ਹੀ ਜੇ ਕੀ ਖਾਲੀ ਮਾਂ ਲੀਕ ਦਿਨੀ ਆ ਹੀ ਰਿਪਰੈਜ਼ੈਂਟ ਕਰੇ ਪਈ ਤਹੀ 90 ਡੀ ਐਂਗਲ ਆ ਹੀ ਵੀ 90 ਡੀ ਆ ਠੀਕ ਆ ਇਹ ਵੀ 90 ਡੀ ਆ ਹੀ ਜੇ ਕਿਉਂ ਭਲੇ ਉਪਤੀ ਸੁਪਤੀ ਉਜਣ ਕੋ ਮਸਲੋ ਨਾ ਐ ਤਵਾ ਖਾਲੀ ਦਿਸਣੋ ਚਾਹੇ ਤ ਲੀਕੂ ਜੇ ਕਿਉਂ ਉਹ ਇੱਕ ਬੇਸਾ ਉਭੀ ਹੋਣ ਠੀਕ ਆ ਇਹ ਕਿਆਂ ਤੇ ਵੀ ਇਨਸਾਈ ਸਿੱਧੀ ਉਭੀ ਆ ओके दियो त मतलब हु एंगल जेन्जी मेजरमेंट जेकी 90 डिग्री जे बराबर हो उ उनके पान राइट एंगल चनो सही दियो अई पान एक्यूट एंगल चा हुवा ओ एंगल जेकी मतलब थीटा छ जे बराबर हो जी लेस देन ही लेस देन जे निशानियां लेस देन 90 हो जे ओ जतरी भी हो जे 1 डिग्री उजे 40 उजे 50 उजे 60 उजे 70 उजे 80 उजे 75 उजे 85 उजे मतलब 90 কা ਘਟੂ ਜੇ ਉਹ ਐਂਗਲ ਉਹ ਕੁੰਡ ਜੇ ਕਿ 90 কা ਘਟੂ ਜੇ ਹਨਕੇ ਪਾਣ ਐਕਿਊਟ ਐਂਗਲ ਚਾਹਨੋ θ ਜੇ ਬਰਾਬਰ ਜੇ ਲੈਸ ਥੈਨ 90 ਉਹ 1 उजे ਜਾਂ 1 কা ਵਠੀ 89 ਤਾਈ ਜੇ ਕਿ ਵੀ ਐਂਗਲ ਆ ਹਨਕੇ ਪਾਣ ਐਕਿਊਟ ਐਂਗਲ ਚਾਹਨੋ ਠੀਕ ਆ ਫਰਜ਼ ਕਿ ਉਹ ਇੱਥੇ ਮੈਂ ਇੱਕ ਡਰਾ ਕਰਿਆ ਦੋ ਹਾਣੇ ਜੇਕਰ ਇਹ 60 ਦੀ ਐਂਗਲ ਆ ਤਾਂ ਇਹ ਕਿਹੜੀ ਆ ਹੀ ਐਕਿਊਟ ਐਂਗਲ ਹੈ ਇਨਕੇ ਪਾਣ ਐਕਿਊਟ ਐਂਗਲ ਵੀ ਚੈ ਸਕੂਣਾ ਇਹ ਮਤਲਬ ਤਮ 45 30 ਦੀ ਜੇਕਰ ਮੈਂ ਡਰਾ ਕਰਾਈ ਤਈ 30 ਦੀ ਐਂਗਲ ਆ ਹੀ ਸਜੀ ਐਕਿਊਟ ਐਂਗਲ ਸਨ ਜੇ ਕਿਉ 90 ਕਾ ਘਟ ਹੋ ਜਣ ਓਕੇ ਦਿਓ ਹਾਣੇ 3 ਨੰਬਰ ਤੇ ਪਾਣ ਹੀ ਪੜਦਾ ਸੇ ਸਟ੍ਰੇਟ ਐਂਗਲ ਆਇ ਚਾ ਰਾਈਟ ਐਂਗਲ ਐਂਡ ਸਟ੍ਰੇਟ ਐਂਗਲ हीअ तव्हांखे ज़हन में विहारणो आहे हीअ में हूंदो त बाक़ी हर एंगल तव्हां ड्रा करे सघो था ऐं हर एंगल जी डेफिनेशन बि ॿुधाए सघो था ठीकु आहे हाणे हिन में ॾिसो पाण खे नाइंटी जी ख़बर ई न हुजे आहे त पाण ड्रा कीअं कयूं हा हाणे का बि शइ न आहे त मां ईअं अंदाज़े ते ड्रा करे छॾी आहे हिन खां बाक़ी घटि ॾिसो हिन खां सोढ़ी कुंड थी वई हीअ राइट एंगल आहे त हिन खां सोढ़ियूं कुंडूं हीअ बि सोढ़ी कुंड आहे हीअ बि सोढ़ी राइट एंगल ਠੀਕ ਆ ਤਾਂ ਇਹਨ ਕੇ ਪਾਨ ਚਾਹ ਚੰਦਾ ਸੀ ਕਿਊ ਟੈਂਗਲ ਸਿੰਧੀ ਮੈਂ ਇਨ ਕੇ ਸੋੜੀ ਕੁੰਡੀ ਚਾਹਦਾ ਹਾਂ ਓਕੇ ਦਿਓ ਬਾਕੀ ਸਟ੍ਰੇਟ ਐਂਗਲ ਮਤਲਬ ਸਿੱਧੀ ਕੁੰਡਾਈ ਹਿੱਤੇ ਹਿੱਤੇ ਬਲ ਲਾਈਨ ਨੂੰ ਪਾਨ ਮੇ ਮਿਲਿਓਨ ਤਾਂ ਹਿੱਤੇ ਇਹ ਕੁੰਡ ਠਾਂਦੀ ਹੀ ਚਾਜੇ ਬਰਾਬਰ ਹੁੰਦੀ ਹਿੰਨ ਮੇ θ ਬਰਾਬਰ ਹੁੰਦੀ 180 ਜੀ ਡਿਗਰੀ ਦੇ ਠੀਕ ਆ ਮਤਲਬ ਦਪਾਨ ਕੀ ਯਾਦ ਜਾ ਰਖਣਾ ਇਹ ਸਿੱਧੀ ਲਾਈਨ ਜੇ ਕਦੇ ਹੋ ਜੀ ਇਹ ਹੀ ਬਦ ਲਾਈਨਾਂ ਨੇ ਜੇ ਇਨਸਾਈਡ ਵੀ ਐਰਵਾ ਇਨਸਾਈਡ ਵੀ ਐਰਵਾ ਤੇ ਇਹ ਸਿੱਧੀ ਲਾਈਨ ਜੇ ਕਿਹਾ ਹੋ ਸਟ੍ਰੇਟ ਐਂਗਲ ਐ ਹੁਣ ਜੀ ਮੈਅਰਮੈਂਟ ਗਣੀ ਆ 180 ਡਿਗਰੀ ਦੀ ਮੈਅਰਮੈਂਟ ਓਕੇ ਦਿਓ ਹਣ ਇਨ ਮੇ ਜਾਏ ਤੇ ਹੀ ਬਰਾਬਰ θ ਬਰਾਬਰ ਹੁੰਦੀ θ ਬਰਾਬਰ ਹੁੰਦੀ ਗ੍ਰੇਟਰ ਦੈਨ ਗ੍ਰੇਟਰ ਦੈਨ 90 90 ਖਾਂ ਵੱਡੀ ਹੁੰਦੀ ਠੀਕ ਹੈ ਐਂਡ ਯਾਂ ਬਟ ਚਈ ਵਟੋ लेस देन 180 180 ਡਿਗਰੀ ਮਤਲਬ ਆਪ ਟਿਊਜ਼ ਐਂਗਲ ਕਿਹੜੀ ਹੁੰਦੀ ਉਹ ਐਂਗਲ ਜੇ ਕਿ 90 ਕਾ ਦਾ ਵੱਡੀ ਹੋ ਜੇ ਬਾਕੀ 180 ਕਾ ਨੰਢੀ ਹੋ ਜੇ ਹੁਣ ਕੇ ਪਾ ਆਪ ਟਿਊਜ਼ ਐਂਗਲ ਚਾਹਨਾ ਓਕੇ ਦਿਓ ਹਣੇ ਹੀ ਡਰਾ ਕਿੰ ਕਿੰਨਾ ਸੀ पान के जदे ही याद हुंदी ही याद हुंदी जहन में भी याद हुंदी तो पान वासा नहीं याद कर सकूंगा हाने दिसो हत्ते पान कंडीशन चा बढ़िया 90 का वडी होजे ए 180 का नंडी होजे ठीक है हिन का वडी होजे हिन का नंडी होजे तो सोलो आ सपा ही तवां ए ड्रा कर छि नी एंगल थे ठीक है हाने दिसो त हिन एंगल का राइट एंगल का विकरी आ है ना हन के पान सिंधी में विकरी कोन बेचंदा हूं हन का विकरी आ है कि ना दिसो इत आ विकरी आ ए हन का नंडी आए के ना हन का सोड़िया जो ई त सीधी 180 थे आएते ठीक है हते 180 थे आ हन का नंडी आए के ना ठीक है थीटा जे की आई थीटा ही 180 का नंडिया 90 का वडिया मतलब हर वो एंगल जे को 90 का वडो होजे ਇਹ 180 ਦਾ ਨੰਡੋ ਹੋ ਜੇ ਉਹ ਵੇਕਰੀ ਕੁੰਡ ਯਾ ਆਪਟਿਊਜ਼ ਐਂਗਲ ਪੜਨ ਕੇ ਚੰਦਾ ਓਕੇ ਦਿਓ ਉਮੀਦ ਹੈ ਇਨ ਮੇ ਕੋਈ ਵੀ ਸਵਾਲ ਬਾਕੀ ਨਾ ਹੁੰਦਾ ਹਲੋ ਹਾਣੇ ਪੜਾਉਂਦਾ ਰਿਫਲੈਕਸਿਵ ਐਂਗਲ ਜੇ ਕਹੂ ਚਾਹੁੰਦਾ ਇਹ ਵੀ ਸੁਬਾ ਜੋ ਲੋ ਤਾ e ਗ੍ਰੇਟਰ ਦੈਨ 180 ਹਿੰਨ ਕਾ ਦਿਸੋ ਇੱਥੇ ਤਮਾ ਡਿਟੋ ਹੁੰਦੋ ਤਾ ਸਿਰਫ 90 ਐਂਡ 180 ਦੀ ਕੰਪੇਅਰ ਮੇ ਬਾਕੀ ਐਂਗਲ ਠੇਲਨ ਪਾਣ ਕਿ ਸਿਰਬੋ ਐਂਗਲ ਯਾਦ ਰੱਖਣਾ 90 ਜੋ ਐਂਗਲ ਛਾ ਹੁੰਦਾ ਮਤਲਬ ਰਾਈਟ ਐਂਗਲ ਛਾ ਹੁੰਦਾ ਐਂ 180 ਜੋ ਮਤਲਬ ਸਟ੍ਰੇਟ ਐਂਗਲ ਛਾ ਹੁੰਨ ਜੀ ਕੰਪੇਅਰ ਮੇ ਬਾਕੀ ਬਿਆ ਜੇ ਕਾਂ ਕੰਪੇਰੀਸ਼ਨ ਮੇ ਪਾਣ ਕਢੀਦਾ ਵਟ ਹਿੱਤੇ ਵੀ ਰਿਸੀਵਟ 180 ਕਾ ਵੱਡੋ ਹੋ ਜੇ ਹੀ ਵੱਡੇ ਹੁੰਨ ਜੀ ਨਿਸ਼ਾਨੀਆਂ ਠੀਕ ਆ θਾ ਵੱਡੋ ਹੋ ਜੇ 180 ਡਿਗਰੀ ਕਾ ਮਟ ਨੰਡੋ ਹੋ ਜੇ 360 ਕਾ ਓਕੇ ਦਿਓ ਮਤਲਬ 180 ਕਾਂ ਵੱਠੀ 180 ਕਾਂ ਵੱਧਿਕ ਐਂਡ 360 ਕਾਂ ਜੇ ਕੋ ਵੀ ਐਂਗਲ ਨੰਡੋ ਹੁੰਦੋ 180 ਕਾਂ ਵੱਡੋ ਐਂਡ 360 ਕਾਂ ਜੇ ਕੋ ਵੀ ਐਂਗਲ ਨੰਡੋ ਹੁੰਦੋ ਹੋ ਰਿਫਲੈਕਸਿਵ ਐਂਗਲ ਹੁੰ। ਹਣ ਇੱਤੇ ਇੰਜਿਸ ਪਾਨ ਮਿਸਾਲ ਵਤੀ। ਬਾਣੀ ਐਂਗਲ ਦਾਤੋ ਹਣੇ ਹਿੰਨ ਪਾਸੇ ਵਾਰੋ ਹਿੰਨ ਪਾਸੇ ਵਾਰੋ ਨੰਡੋ ਇੱਤੇ ਪਾਨੀ ਹੀ ਸੋੜੀ ਕੁੰਡਾ ਜੀ ਹੀਆਂ ਬਾਕੀ ਪਾਨ ਹਿੱਤਾ ਗਾਂ ਹਿੱਤਾ ਗਾਈਏ ਜੇ ਕਿ ਕੁੰਡਵਤੀਆ ਮਤਲਬ ਇਨ ਜੇ ਬਾਹਰ ਹੂ ਵੇਕਰੀ ਕੁੰਡਾ ਠੀਕ ਆ ਹੂ ਮਤਲਬ ਇਨ ਕਾ ਵੀ ਵੇਕਰੀ ਕੁੰਡਾ ਤੋ ਹੁਨ ਕੇ ਪਾਣ ਰਿਫਲੈਕਸਿਵ ਐਂਗਲ ਚਾਹੁੰਦਾ ਹਣੀ ਬਾਣ ਖਬਰ ਤਾਂ ਇੱਕ ਸਰਕਲ ਮੇ ਇੱਕ ਸਰਕਲ ਮੇ ਕੀ ਹੁੰਦਾ ਇਏ ਫੇਰੀ ਵਾਪਸ ਅਚੀ ਇੱਥੇ ਬੀਨੋ ਇਏ ਜੇਕਰ ਇਤਾਂ ਪੁਆਇੰਟ ਸ਼ੁਰੂ ਤੇ ਤਹ ਇੱਕ ਸਰਕਲ ਮੇ 360 ਡਿਗਰੀਜ਼ ਹੁੰਦੀ ਹਨ 360 ਡਿਗਰੀਜ਼ ਹਾਣੀ ਹੀ ਇਤਾਇਏ ਕ੍ਰਾਸ ਕਰੇ ਪਾਨ ਇਤੇ ਕੁਝ ਹੀ ਡਿਗਰੀ ਬਈ ਹਿੱਤਾ ਗਾ ਵਠੀ ਹੇਸ ਤਾਈ ਤਹੂ 180 ਕਾ ਵਧਿਕਾ ਚੋ ਜੋ 180 ਤ ਬਰਾਬਰ ਆ ਇਤੇ ਬਸ ਹਿੱਤਾ ਵਠੀ ਉਜਾ ਤ 180 ਬਾਕੀ ਦਸੋ ਇਹ ਜੇ ਕੋ ਰਿਫਲੈਕਸਿਵ ਇਤਾ ਵੀ ਕ੍ਰਾਸ ਕਰੇ ਹਿੱਤੇ ਅਚੀ ਹਿੱਤਾ ਕ੍ਰਾਸ ਕਰੇ ਇਤੇ ਹਾਣੀ ਹਿੱਤੇ ਫਰਜ਼ ਕੋ ਪਾਨ ਇਨ ਕੇ ਚੌਂਦਾ ਤ 45 ਜੀ ਆ ਹੀ ਜੇਕਰ 45 ਦੀ ਐਂਗਲ ਆ ਤਾਂ ਬਾਕੀ ਕਿੰਨਾ ਬਚਿਆ 360 ਮਾ 45 ਵਣਨ ਬਾਕੀ ਬਚਿਆ 315 ਮਤਲਬ ਇਹ ਸਮਝੀ ਵਟੋ ਤਾਂ ਹੀ ਜੇ ਕੀ ਬਾਹਰੀ ਐਂਗਲ ਆ ਹੀ 315 ਜੀਆਂ ਓਕੇ ਦਿਓ ਹਾਣੀ ਤਵਾ ਹਣ ਮਾਂ ਵੀ ਹਣ ਮਾਂ ਵੀ ਬੈ ਐਂਗਲ ਤੀ ਦ ਸਕ ਜੇਕਰ ਤਵਾ ਹਣ ਸਾਈਡ ਜੀ ਐਂਗਲ ਵੜ ਦੋ ਤਾਂ ਹੀ ਐਕਿਊਟ ਐਂਗਲ ਆ ਐਂ ਜੇਕਰ ਹਿੱਤਾ ਖਾ ਇਹ ਘੁਮਾਈ ਵੜ ਦੋ ਤਹੀ ਰਿਫਲੈਕਸਿਵ ਐਂਗਲ ਸਹੀ ਦਿਓ ਹਿੰਨ ਕੇ ਵੀ ਹਿੰਨ ਕੇ ਵੀ ਇੱਤੇ ਜਿਕੇ ਨੇ ਰਾਈਟ ਐਂਗਲ ਆ ਤਾ ਹਿੱਤਾ ਬਾਹਰਾਂ ਗੁੰਡ ਵੜਦਾ ਤਈ 270 ਜੀ ਹੁੰਦੀ ਇੱਤੇ ਪਾਣ 270 ਜੀ ਵੀ ਡਰਾਤ ਵਾਂਗ ਕਰੇ ਦਿਖਾ ਦਿਓ ਹੀ ਆਨੇ ਹਿੱਤਾ ਗਾ ਹਿਡੀ ਜਿਕਿਆ ਹੀ 270 ਜੀ ਆ ਕੀ ਹੀ 90 ਜੀ ਤਾਂ ਪਾਣ ਕੇ ਖਬਰ ਆ ਇਏ ਹੋਜੇ ਨਾ 90 ਜੀ ਹੁੰਦਾ ਹੀ 90 ਜੀ ਐਂਗਲ ਤਾ ਬਾਕੀ 360 ਮਾ 90 ਵਣਣ ਤੇ ਬਾਕੀ ਕਣਾ ਬਚਿਆ 270 ਹੀ 270 ਉਮੀਦ ਆ ਤਾਂ ਸਮਝ ਚੀ ਹੁੰਦੋ ਸਹੀ ਆ ਹਾਣੀ ਬਾਣ ਕੁਝ ਦਿਸੋਂ ਤੇ ਇਨ ਜਾ ਪ੍ਰੋਬਲਮ ਕੀ ਇੰਦਾਂ ਯਾ ਇਨ ਟੈਂਸੀਕਸ ਕੀ ਇੰਦਾਂ ਹੋ ਜਾਂਦਾ ਤਾਂ ਬਾਬਾ ਜੇ ਕਰੇ ਇਫ θ ਬਰਾਬਰ ਹੋ ਜੇ 90 ਜੇ ਠੀਕ ਆ ਤੇ ਇਨ ਕੇ ਪਾਣ ਛਾ ਚੰਦਾ ਸੇ ਇਨ ਕੇ ਪਾ ਰਾਈਟ ਐਂਗਲ ਚੰਦੋ ਠੀਕ ਆ ਰਾਈਟ ਐਂਗਲ ਠੀਕ ਆ ਜਾਂ ਐਕਿਊਟ ਜੇ ਕੋਈ ਐਂਗਲ ਹੁੰਦਾ ਹੈ ਐਕਿਊਟ ਐਂਗਲ ਠੀਕ ਆ ਹੁਣ ਜੀ ਮੇਅਰਮੈਂਟ ਛਾ ਜੇ ਬਰਾਬਰ ਹੁੰਦੀ ਆ ਉਹ ਪਾਣ ਕੇ ਬੁਧਾਇਣ ਤਾਂ ਥੀਟਾ ਬਰਾਬਰ ਹੋ ਲੈਸ ਦੈਨ 90 ਡਿਗਰੀ ਹੁੰਦੀ ਪੋ ਜਿੱਥੇ ਵੀ ਹੋ ਜੇ ਠੀਕ ਆ ਅਈ ਜੇ ਕਨੇ ਉਚੇ ਤਾਂ ਜਿੰਗ ਪਾਣ ਸਟ੍ਰੇਟ ਐਂਗਲ ਚਾਹੁੰਦਾ ਹਾਂ ਸਟ੍ਰੇਟ ਐਂਗਲ ਪਾਣ ਚਾਹੁੰਦਾ ਹਾਂ ਤਾਂ ਹੂ ਛਾਜੇ ਬਰਾਬਰ ਆ ਹੂ ਬਰਾਬਰ ਹੁੰਦੀ ਆ 180 ਜੇ ਇਹ ਆਈ ਵੀ ਪੁੱਛੀ ਸਕਦਾ ਤਾਂ ਕਾਮਲ ਨਹੀਂ ਜੇ ਕੀ ਐਂਗਲ ਮੇਅਰਮੈਂਟ ਲਾਏ ਐਂਗਲ ਮੇਅਰਮੈਂਟ ਲਾਏ ਯੂਨਿਟ ਯੂਜ਼ ਥਿੰਦਾ ਹੂ ਕਿਹੜਾ ਯੂਜ਼ ਥਿੰਦਾ ਹੂ ਡਿਗਰੀ ਯੂਜ਼ ਥਿੰਦਾ ਠੀਕ ਆ ਪਾਣ ਐਂਗਲ ਛਾਮੇ ਮੇਅਰ ਕਰਨਾ ਹੂ ਡਿਗਰੀ ਮੇ ਮੇਅਰ ਕਰਨਾ ਹੂ ਓਕੇ ਤੀਓ ਐਂ ਹੀ ਵੀ ਆਇਲ ਆ ਗਈ ਹਿੰਦੇ ਵੀਡੀਓ ਟੇਲ ਆ ਤਬ ਜੇ ਕੀ ਲਾਈਨ ਨੂੰ ਹਨੂ ਪਾਨ ਕੇ ਪਾਨ ਕੇ ਕਟਨ ਠੀਕ ਹੈ ਤੋ ਉਤੇ ਝਾ ਟੋਟੇ ਉਤੇ ਐਂਗਲ ਟੋਟੇ ਐਂਗਲ ਤੇ ਹਿੰਸਾਈਡ ਕਾ ਵੀ ਇਨਸਾਈਡ ਕਾ ਵੀ ਇਨਸਾਈਡ ਤਾ ਹੀ ਜੇ ਕੀ ਲਾਈਨ ਨੂੰ ਇਨਨ ਕੇ ਪਾਨ ਛਾ ਚਾਹਦਾ ਹਿੰਨ ਕੇ ਪਾਨ ਰੇਸ ਚਾਹਦਾ ਛੋ ਜੀ ਇਨਨ ਕੇ ਇੱਕ ਇੱਕ ਪਾਸੇ ਗਏ ਇਨਨ ਜੋ ਇੱਕ ਪੁਆਇੰਟ ਫਿਕਸ ਹਿੰਨ ਜੋ ਰੇਸ ਚਾਹੁੰਦਾ ਹਨ ਜੀ ਇੱਕ ਪੁਆਇੰਟ ਫਿਕਸ ਹੁੰਦੀ ਆ ਇੱਕ ਫਿਕਸ ਨਾ ਹੁੰਦੀ ਹੀ ਫਿਕਸ ਥੀ ਵਈ ਹੀ ਫਿਕਸ ਨਾ ਹੀ ਫਿਕਸ ਨੇ ਮਤਲਬ ਇਹਨਾਂ ਕੇ ਪਾਣ ਰੇਸ ਚਾਹੁੰਦਾ ਐ ਇਹਨ ਪੁਆਇੰਟ ਕੇ ਛਾ ਚਾਹੁੰਦਾ ਹੂੰ ਇਹਨ ਪੁਆਇੰਟ ਕੇ ਪਾਣ ਵਰਟੈਕਸ ਚਾਹੁੰਦਾ ਵਰਟੈਕਸ ਹੀ ਪਾਣ ਆਲਰੇਡੀ ਡਿਸਕਸ ਕਰੇ ਚੁਕਾ ਹੂੰ ਠੀਕ ਆ ਐ ਬਾਕੀ ਦਾਦਾ ਖਾਸਨ ਇਹਨਾਂ ਜੋ ਕੇ ਦਾਦੂ ਇਸਤੇਮਾਲ ਆ ਇਹਨਾਂ ਕੇ ਕਦੇ ਵੀ ਨਾ ਹੈ ਵਿਸਾਨੂ ਉਮੀਦਾ ਸਮਝ ਚੀ ਹੂੰ ਤੋ ਕੋ ਵੀ ਮਸਲਾ ਹੋ ਜਾ ਕਮੈਂਟ ਕਰੇ ਪੁੱਛੀ ਸਕੋ ਤਾ ਚੈਨਲ ਕੇ ਸਬਸਕ੍ਰਾਈਬ ਨਾ ਹੈ ਕਿਉਂ ਚੈਨਲ ਕੇ ਸਬਸਕ੍ਰਾਈਬ ਕਰੇ ਵਟੋ ਜੀ ਹਰ ਇੰਦਰ ਨਈ ਵੀਡੀਓ ਤਮਾ ਕੇ ਮਿਲੀ ਸਕੇ ਮਿਲੋਂਦਾ ਨਈ ਵੀਡੀਓ ਮੇ ਖੁਦਾ ਹਾਫਿਜ਼